ਚਰਨ ਜੋ ਗੰਗਾ ਖੁਰਾਲਗੜ ਵਿਖੇ ਗਦਰੀ ਬਾਬਾ ਬਾਬੂ ਰਾਮ ਮੂਗੇਵਾਲ ਦਾ ਜਨਮ ਦਿਨ ਆਲ ਇੰਡੀਆ ਆਦੀ ਧਰਮ ਮਿਸ਼ਨ ਖੁਰਾਲਗੜ ਸਾਈ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪਵਿੱਤਰ ਸਥਾਨ ਨੂੰ ਹੋਰ ਸੁੰਦਰ ਬਣਾਉਣ ਲਈ ਮਾਤਾ ਸਾਹਿਬਕੌਰ ਜੀ ਚੈਰੀਟੇਬਲ ਟਰਸੇ ਸੇਵਾਦਾਰ ਸਾਹਿਬ ਜੀ ਦੇ ਸਰਪ੍ਰਸਤ ਬਾਬਾ ਗੁਰਬਖ ਸਿੰਘ ਜੀ ਅਤੇ ਡਾਕਟਰ ਬਾਬਾ ਕਰਨਦੀਪ ਸਿੰਘ ਇੰਗਲੈਂਡ ਵਾਲਿਆਂ ਤੇ ਆਲ ਆਦੀ ਧਰਮ ਮਿਸ਼ਨ ਭਾਰਤ ਦੇ ਪ੍ਰਧਾਨ ਸੰਤਵਿੰਦਰ ਹੀਰਾ ਜੀ ਉਨ੍ਹਾਂ ਦੀ ਟੀਮ ਅਤੇ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ 300 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਰਵਿਦਾਸ ਮਹਾਰਾਜ ਜੀ ਦੀ ਛਤਰਛਾਇਆ ਵਿੱਚ ਇਹ ਪ੍ਰੋਜੈਕਟ ਸੰਗਠਨਾਂ ਦੇ ਸਹਿਯੋਗ ਨਾਲ ਪੂਰੇ ਕੀਤੇ ਜਾਣਗੇ। ਇਸ ਪ੍ਰੋਜੈਕਟ ਵਿੱਚ ਰਵਿਦਾਸ ਮਹਾਰਾਜ ਜੀ ਦੀ 300 ਫੁੱਟ ਉੱਚੀ ਮੂਰਤੀ ਬਣਾਈ ਜਾਵੇਗੀ ਜੋ ਕਿ ਇਤਿਹਾਸ ਨੂੰ ਸੰਜੋਗ ਕੇ ਰੱਖੇਗੀ। ਇਸੇ ਲਈ ਤਹਿਤ ਬਾਬਾ ਜੀ ਦੀ ਬਾਣੀ ਨੂੰ ਕਰ-ਕਰ ਪਹੁੰਚਾਉਣ ਲਈ ਬਾਸ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ ਆਲ ਇੰਡੀਆ ਆਦੀ ਧਰਮ ਮਿਸ਼ਨ ਭਾਰਤ ਦੀ ਪੂਰੀ ਟੀਮ ਵੱਲੋਂ ਮਾਤਾ ਸਾਹਿਬ ਕੋਰ ਚੈਰੀਟੇਬਲ ਟਰਸੇ ਸੇਵੇ ਵਾਲਾ ਸਾਹਿਬ ਦੇ ਸੇਵਾਦਾਰ ਡਾਕਟਰ ਬਾਬਾ ਕਰਨਦੀਪ ਸਿੰਘ ਇੰਗਲੈਂਡ ਵਾਲਿਆਂ ਦਾ ਪਰਵਾ ਸਵਾਗਤ ਕੀਤਾ ਗਿਆ ਹੈ ਭਾਰਤ ਸੰਦੇਸ਼ ਲਈ ਹੁਕਮਚੰਦ ਦੀ ਰਿਪੋਰਟ